ਵੀਰ ਬ੍ਰੇਕਪਾਟ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਾਂ ਤੇ ਮੈਸੇਜਾਂ ਨਾਲ ਸਾਡੀ ਪਹਿਲੀ ਈਮੇਲ ਆਈ ਹੈ ਚਮਕੌਰ ਸਾਹਿਬ ਤੋਂ ਡਾਕਟਰ ਜਸਪ੍ਰੀਤ ਸਿੰਘ ਜੀ ਦੀ ਇਹ ਲਿਖਤੀ ਹੈ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਮੇਰੇ ਇੱਕ ਦੋਸਤ ਨੇ ਮੈਨੂੰ ਸਵਾਲ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਪਰਿਸ਼ਤਾ ਹਨ ਪਰ ਐਂਟੀ ਸਿੱਖ ਨਹੀਂ ਕਿਰਪਾ ਕਰਕੇ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖ ਪੰਥ ਨਾਲ ਕੀਤੀ ਹੋਈ ਗद्दारी ਨੂੰ ਖੁੱਲਕੇ ਦੱਸੋ ਧੰਨਵਾਦ ਜੀ ਡਾਕਟਰ ਜਸਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਚਮਕੌਰ ਸਾਹਿਬ ਉਸ ਜਿਸ ਨੂੰ ਅੱਲਾ ਯਾਰ ਖਾਂ ਯੋਗੀ ਨੇ ਇਹ ਕਹਿ ਆ ਕਿ ਵੀ ਜੇ ਕੋਈ ਤੀਰਥ ਹੈ ਦੁਨੀਆ 'ਚ ਤਾਂ ਉਹ ਚਮਕੌਰ ਸਾਹਿਬ ਔਰ ਅੱਜ ਜਦੋਂ ਅਸੀਂ ਉਹਨਾਂ ਦੀ ਸਲਿਖਤ ਤੇ ਵਿਚਾਰ ਕਰ ਰਹੇ ਹਾਂ ਜੀ ਤੇ ਲਗਭਗ ਅਸੀਂ ਉਹਨਾਂ ਦਿਨਾਂ ਦੇ ਨੇੜੇ ਹੀ ਜਾ ਰਹੇ ਹਾਂ ਅੱਜ 16 ਦਸੰਬਰ ਹੋ ਗਿਆ ਹੈ ਦੋ ਪੋ ਹੈ ਜੀ ਕਿ ਜਦੋਂ ਉਸ ਧਰਤੀ ਦੇ ਉੱਤੇ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਜੁਝਾਰ ਸਿੰਘ ਤੇ ਗੁਰੂ ਕੇ लाडले ਸਿੱਖ ਚਾੜੀ ਦੇ ਕਰੀਬ ਉਹਨਾਂ ਦੇ ਵਿੱਚ ਪਿਆਰੇ ਵੀ ਨੇ ਜਿਹਨਾਂ ਦੇ ਵਿੱਚ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਭਾਈ ਸائب ਸਿੰਘ ਉਹਨਾਂ ਨੇ ਵੀ ਸ਼ਹੀਦੀਆਂ ਪਾਈਆਂ ਨੇ ਜੀ ਔਰ ਗੁਰੂ ਖਾਲਸਾ ਦੀ ਤਰ ਪਾਤਸ਼ਾਹ ਨੇ ਉਸ ਚਮਕੌਰ ਦੀ ਧਰਤੀ ਤੇ ਇੱਕ ਉਹ ਇਤਿਹਾਸ ਸਿਰਜਿਆ ਜਿਹੜਾ ਕਦੇ ਵੀ ਨਾ ਤਾਂ ਸਿੱਖਾਂ ਨੂੰ ਡਰਣ ਦੇਗਾ ਗਿਣਤੀਆਂ ਮਿੰਟੀਆਂ ਤੋਂ ਜੀ ਜੇ ਚਾਲੀਆਂ ਨੇ 10 ਲੱਖ ਦਾ ਮੂੰਹ ਤੋੜਿਆ ਤੇ ਜ਼ਾਹਰ ਹੈ ਕਿ ਉਹਨਾਂ ਦੇ ਸਾਹਮਣੇ ਸਿੱਖਾਂ ਦੇ ਸਾਹਮਣੇ ਹਮੇਸ਼ਾ ਉਹ ਚਮਕੌਰ ਦੀ ਕੱਚੀ ਗੜੀ ਜੀ ਔਰ ਕੁਰਬਾਨੀ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਤੇ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰਦੇ ਹੋ ਅੰਗਰੇਜ਼ੀ ਤਾਂ ਇੱਥੇ ਹੁਣੇ ਕਹਿੰਦੇ ਨੇ ਚੈਰਿਟੀ ਬਿਗਿੰਸ ਐਟ ਹੋਮ ਅ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸੁਪੁੱਤਰਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਸ਼ਸਤਰਬਧ ਕਰਕੇ ਜੰਗ ਦੇ ਮੈਦਾਨ 'ਚ ਪੇਜ ਕੇ ਸਾਬਜ਼ਾਦਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਜਕਾਰਾ ਛੱਡਦੇ ਨੇ ਗੜੀ ਦੇ ਅੰਦਰ ਜੀ ਸਾਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ ਗੁਰੂ ਕਲਗੀਧਰ ਜਕਾਰਾ ਛੱਡਦੇ ਨੇ ਸੋ ਉਸ ertid ਤੋਂ ਸਾਨੂੰ ਲਿਖਿਆ ਉਸ ertid ਨੂੰ ਅਸੀਂ ਪ੍ਰਣਾਮ ਕਰਦੇ ਹਾਂ ਸਜਦਾ ਕਰਦੇ ਹਾਂ ਜੀ ਜੀ ہزارਾਂ ਮੀਲ ਦੂਰ ਬੈਠ ਕੇ ਕਈ ਸਾਲਾਂ ਦੀ ਵਿਥ ਹੈ ਲਗਭਗ 3 ਦਹਾਕੇ ਉਸ ertid ਤੋਂ ਵਿਥ ਹੈ ਪਰ ਇਹੀ ਹੋਈ ਉਹ ਲੜਾਈ ਹੈ ਜੇ ਦਸਵੇਂ ਪਾਤਸ਼ਾਹ ਨੇ ਸਿੱਖਾਂ ਦੇ ਅੰਦਰ ਉਹ ਪ੍ਰੋਗਰਾਮਿੰਗ ਕੀਤੀ ਹੈ ਕਿ ਜਦ ਆਪ ਕੀ ਆਉਦ ਨਿਧਾਨ ਬਣੇ ਅੱਥ ਹੀ ਰਣ ਮੈਂ ਤਬ ਜੂਝ ਮਰੋ ਇਹ ਕਨਕਲੂਜਨ ਤੋਂ ਪਹਿਲਾਂ ਇੱਕ ਗੱਲ ਕਹੀ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ ਜੀ ਜੀ ਕਿ ਜਿਹੜੀ ਸਾਡੀ ਪਹਿਲੀ ਲੜਾਈ ਹੈ ਉਹ ਇਸ ਗੱਲ ਤੇ ਫੋਕਸ ਹੈ ਕਿ ਵੀ ਅਸੀਂ ਜਿੱਤਣਾ ਹੈ ਔਰ ਜੇ ਤੁਸੀਂ ਘਿਰ ਜਾਂਦੇ ਹੋ ਉਹ ਹਾਲਾਤ ਬਣ ਜਾਂਦੇ ਨੇ ਵੀ ਤੁਸੀਂ ਸਿਧਾਂਤ ਵੱਲ ਪਿੱਠ ਕਰਨੀ ਜਿਹੜੀ ਹੈ ਉਹ ਤੁਹਾਡੀ ਸਿੱਖੀ ਨੂੰ ਆਂ ਚਲਾਉਂਦੀ ਫਿਰ ਅੱਥ ਹੀ ਰਣ ਮੈਂ ਤਬ ਜੂਝ ਮਰੋ ਇਹ ਸੈਕੰਡਰੀ ਤਰੀ ਨਰ ਲਈ ਨਿਸ਼ਚੈ ਕਰ ਆਪਣੀ ਜੀਤ ਕਰੋ ਕਿ ਇਸ ਨਿਸ਼ਚੇ ਦੇ ਨਾਲ ਜੰਗ ਦੇ ਮੈਦਾਨ ਵਿੱਚ ਉਤਰਨਾ ਕਿ ਅਸੀਂ ਜਤਨ ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਜੂਨ 84 ਦੇ ਖੱਲੂ ਕਾਰੇ ਤੋਂ ਬਾਅਦ ਕੌਮੀ ਨਿਸ਼ਾਨਾ ਖਾਲਸਤਾਨ ਔਰ ਇਸ ਦੀ ਪ੍ਰਾਪਤੀ ਇਸ ਦੇ ਲਈ ਜਿੱਥੇ-ਜਿੱਥੇ ਵੀ ਕੋਈ ਗੁਰੂ ਕਾ ਪਿਆਰਾ ਗੁਰੂ ਕਾ ਲਾਡਲਾ ਸਿੰਘ ਸਿੰਘਣੀ ਬੈਠੇ ਨੇ ਔਰ ਉਹ ਆਪਣਾ ਯੋਗਦਾਨ ਪਾ ਰਹੇ ਨੇ ਉਸ ਚਮਕੌਰ ਦੀ ਧਰਤੀ ਨਾਲ ਹੀ ਜੁੜੇ ਹੋਏ ਨੇ ਉਹਨਾਂ ਸਬਜ਼ਾਦਿਆਂ ਦੇ ਵੱਲੋਂ ਦਿਖਾਏ ਉਸ ਰਸਤੇ ਤੇ ਹੀ ਤੁਰੇ ਹੋਏ ਨੇ ਕਿ ਅਲਟੀਮੇਟ ਡੈਸਟੀਨੀ ਜਿਹੜੀ ਹੈ ਉਹ ਕੌਮੀ ਅਣਖ ਹੈ ਆਣ ਹੈ ਗੁਲਾਮੀ ਨਾ ਖਬੂਲਣੇ ਜੀ ਜੀ ਸਵਾਲ ਉਹਨਾਂ ਦਾ ਬਰੀਫ ਹੈ ਪਰ ਅਖੀਰ ਉਹਥੇ ਕੀ ਲੈ ਜਾਂਦਾ ਹੈ ਜਿਹੜਾ ਅੱਜ ਸਭ ਤੋਂ ਵੱਡਾ ਕਲਪਰੇਟ ਹੈ ਸਿੱਖ ਪੰਥ ਦਾ ਪ੍ਰਕਾਸ਼ ਸਿੰਘ ਬਾਦਲ ਔਰ ਉਸ ਦੀਆਂ ਨੀਤੀਆਂ ਕਿਵੇਂ ਉਸ ਨੇ ਸਮੁੱਚੇ ਸਿੱਖ ਕੌਮ ਦੇ এজেন্ডੇ ਨੂੰ ਡੀ ਰੇਲ ਕੀਤਾ ਕਿਵੇਂ ਉਸਨੇ ਉਹ ਜਮਾਤ ਅਕਾਲੀ ਦਲ ਜਿਸ ਨੇ ਕਦੇ ਗੱਡੀਆਂ ਦੇ ਥੱਲੇ ਜਿਉਂਦੇ ਜੀ ਸੜ ਕੇ ਡਾਂਗਾ ਖਾ ਕੇ ਗੁਰੂ ਕੇ ਬਾਗ ਉਹ ਇਤਿਹਾਸ ਸਿਰਜਿਆ ਸੀ ਅਕਾਲੀ ਦਲ ਦਾ ਕਿ ਜਿਸ ਤੇ ਉੱਤੇ ਫਖਰ ਕਰਦੇ ਸੀ ਗੈਰ ਵੀ Hindu ਵੀ Musalman ਵੀ ਉਹ ਵੀ ਆਸ਼ਿਸ਼ ਕਰਦੇ ਸੀ ਉਹਨਾਂ ਕੁਰਬਾਨੀਆਂ ਨੂੰ ਦੇਖ ਕੇ ਤੇ ਅੱਜ ਇਹ ਨਰਿੰਦਰ ਮੋਥੀ ਦੇ ਰੱਥ ਦੇ ਰਥਵਾਨ ਬਣੇ ਹੋਏ ਨੇ ਇਸ ਕਦਰ ਜ਼ਲਾਲਤ ਜਿਹੜੀ ਹੈ ਉਹ ਆਪਤਾ ਸਹੀ ਰਹੇ ਨੇ ਕੌਮ ਨੂੰ ਜ਼ਲਾਲਤ ਦੀ ਹਾਲਤ ਦੇ ਵਿੱਚ ਧੱਕਿਆ ਹੋਇਆ ਜੀ ਪਰ ਉਹਨਾਂ ਨੇ ਵੀ ਜਸਪ੍ਰੀਤ ਸਿੰਘ ਹੋਰਾਂ ਨੇ ਕਿਹਾ ਹੈ ਕਿ ਜਿਉਂਨਾ ਦੇ ਇੱਕ ਦੋਸਤ ਕਹਿੰਦੇ ਨੇ ਕਿ ਬਾਦਲ ਚਲੋ ਇਹ ਤਾਂ ਮੰਨਿਆ ਕਿ ਵੀ ਕਰਪਟ ਨੇ ਭ੍ਰਿਸ਼ਟ ਨੇ ਜੀ ਲੇਕਿਨ ਐਂਟੀ ਸਿੱਖ ਨਹੀਂ ਹੈਗੇ ਹੁਣ ਪਹਿਲੀ ਗੱਲ ਤਾਂ ਮੈਂ ਸਮਝਦਾ ਹਾਂ ਕਿ ਸਾਨੂੰ ਸਿੱਖ ਨੂੰ ਡਿਫਾਈਨ ਕਰਨਾ ਪਵੇਗਾ ਜੇ ਤੁਸੀਂ ਇਹ ਕਹਿੰਦੇ ਹੋ ਕਿ ਕੋਈ ਭ੍ਰਿਸ਼ਟ ਹੋ ਕੇ ਵੀ ਸਿੱਖ ਹੋ ਸਕਦਾ ਹੈ ਤੇ ਫੇਰ ਜਾਂ ਤਾਂ ਸਿੱਖੀ ਦੀ ਪਰਿਭਾਸ਼ਾ ਸਮਝ ਨਹੀਂ ਆਈ ਹੈ ਤੇ ਜਾਂ ਅਸੀਂ ਉਸ ਕਾਤਲ ਪੰਥਕ ਸਿਧਾਂਤਾਂ ਦੇ ਕਾਤਲ ਲਈ ਸੌਫਟ ਕਾਰਨਰ ਰੱਖਦੇ ਆ ਨਰਮ ਗੋਸ਼ਾ ਜਿਹਨੂੰ ਕਹਿੰਦੇ ਨੇ ਨਰਮ ਗੋਸ਼ਾ ਰੱਖਦੇ ਸਿੱਖ ਤਾਂ ਸਚਿਆਰੇ ਸਿੱਖ ਤਾਂ ਪਛਟ ਨਹੀਂ ਹੁੰਦਾ ਨਾ ਉਹ ਮਾਨਸਿਕ ਤੌਰ ਤੇ ਹੁੰਦਾ ਹੈ ਨਾ ਉਹ ਖਰੀਦਿਆ ਜਾਂਦਾ ਹੈ ਨਾ ਉਹ ਵਿਕਦਾ ਹੈ ਨਾ ਕਿਸੇ ਨੂੰ ਖਰੀਦਦਾ ਹੈ ਨਾ ਕਿਸੇ ਨੂੰ ਵੇਚਦਾ ਹੈ ਜੀ ਉਹ ਤਾਂ ਭੈ ਕਾ ਹੂ ਕੋ ਦੇਤ ਨਹੀਂ ਨੇ ਭੈ ਮਾਨਤ ਆਨ ਕੋਹ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ ਉਹਨੂੰ ਤਾਂ ਇਸ ਗੱਲ ਦੀ ਸਮਝ ਆਈ ਹੋਈ ਏ ਕਿ ਉਹਨੇ ਉਸ ਸਮਾਜ ਦੇ ਵਿੱਚ ਉਸ ਸੁਸਾਇਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਜਿੱਥੇ ਕਿਸੇ ਦਾ ਭੈ ਦਿੱਤਾ ਜਾਂਦਾ ਹੈ ਕਿਸੇ ਨੂੰ ਜਾਂ ਕਿਸੇ ਦਾ ਭੈ ਮੰਨਿਆ ਜਾਂਦਾ ਹੈ ਜੀ ਸੋ ਸਿੱਖ ਤਾਂ ਕੀਰਤ ਦੇ ਵਿੱਚ ਕੀਰਤ ਨਾਲ ਜੋੜਿਆ ਹੋਇਆ ਹੈ ਪ੍ਰਸ਼ਟ ਕਿਵੇਂ ਸਿੱਖ ਹੋ ਗਿਆ ਤੁਸੀਂ ਕਹੋ ਜੀ ਜਿਹੜਾ ਪ੍ਰਸ਼ਟ ਹੋਣਾ ਹੈ ਪ੍ਰਸ਼ਟ ਪਹਿਲਾ ਮਨ ਮਨ ਹੁੰਦਾ ਹੈ ਮਾਈਂਡ ਹੁੰਦਾ ਹੈ ਜੀ ਬਾਕੀ ਪੈਸਾ ਕਿਨੇ ਕਿੰਨਾ ਬਣਾ ਰਿਆ ਕੋਈ ਕਰੋੜਪਤੀ ਹੋ ਗਿਆ ਕਿ ਅਰਬਪਤੀ ਹੋ ਗਿਆ ਕਿ ਖਰਬਪਤੀ ਹੋ ਗਿਆ ਇਹ ਸਭ ਬਾਤ ਹੁੰਦੇ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਮਾਈਂਡ ਦੇ ਵਿੱਚ ਇਹ ਗੱਲ ਕ腐ਪਸ਼ਨ ਆਉਂਦੀ ਔਰ ਹਾਲਾਂਕਿ ਬਹੁਤ ਸਾਰੀਆਂ ਸਾਡੀਆਂ ਜਿਹੜੇ ਪ੍ਰਚਾਰਕ ਜਾਂ ਦੂਜਿਆਂ ਨੇ ਮਾਈਥੋਲੋਜੀਕਲ ਕਹਾਣੀਆਂ ਸੁਣਾਉਂਦੇ ਨੇ ਪਰ ਇੱਕ ਗੱਲ ਮੈਨੂੰ ਕਈ ਵਾਰ ਉਹ ਚੰਗੀ ਲੱਗਦੀ ਹੁੰਦੀ ਹੈ ਕਿ ਵੀ ਕੋਈ ਕਹਾਣੀ ਹੈ ਕਿ ਜੀ ਕੋਈ ਫਕੀਰ ਹੈ ਉਹਦਾ ਚੀਲਾ ਮੰਗ ਕੇ ਲਿਆਂਦਾ ਹੈ ਤੋਂ ਉਹਨੂੰ ਇਹ ਹਦਾਇਤ ਹੈ ਕਿ ਸਿਰਫ ਕਿਰਤੀ ਦੇ ਘਰੋਂ ਲੈਣੀ ਹੈ ਗਜ਼ਾ ਕਰਨ ਜਾਣਾ ਹੈ ਕਿਰਤੀ ਤੋਂ ਲੈਣੇ ਜੀ ਇੱਕ ਦਿਨ ਬਹੁਤ ਮੀਂਹ ਪੈ ਰਿਹਾ ਹੈ ਝੱਖੜ ਚੱਲ ਰਿਹਾ ਹੈ ਉਹ ਚੇਲਾ ਵੀ ਜਿਹੜਾ ਥੱਕਿਆ ਹੋਇਆ ਉਹਨੇ ਦੇਖਿਆ ਉਹਨੇ ਕਿਹਾ ਜੀ ਮੈਂ ਕਿੱਥੇ ਮੀਂਹ ਸਾਰੇ ਗਲੀਆਂ ਵਿੱਚ ਚਿੱਕੜ ਹੈ ਕੋਈ ਧਾੜ ਬੰਦਾ ਸ਼ਾਹੂਕਾਰ सूदखोर ਉਹਦੇ ਘਰੋਂ ਨੇ ਜਾ ਕੇ ਖੜਕਾ ਕੇ ਉੱਥੋਂ ਉਹਨੇ ਲੈ ਆਂਦਾ ਜੋ ਵੀ ਉਹ ਆਨ ਲਿਆ ਉਹਨੇ ਜਦੋਂ ਉਹ ਉਸ ਜਿਸ ਨੂੰ ਵੀ ਉਹ ਫਾਲੋ ਕਰਦਾ ਜਿਹਦਾ ਚੇਲਾ ਸੀ ਉਹਨੇ ਉਹਨੂੰ ਖਾਧਾ ਜੀ ਤੇ ਉਸ ਦਾ ਧਿਆਨ ਜਿਹੜਾ ਉਹ ਬੰਦਗੀ ਦੇ ਵਿੱਚ ਨਾ ਲੱਗੇ ਤਾਂ ਉਹਨੇ ਚੇਲੇ ਨੂੰ ਬੁਲਾ ਕੇ ਪੁੱਛਿਆ ਕਿ ਵੀ ਸੱਚ ਦੱਸ ਆਨੇ ਕਿੱਥੋਂ ਲਿਆਂਦਾ ਹੈ ਨਾ ਜੀ ਉਹਨੇ ਕਿਹਾ ਕਿ ਜੀ ਇਹ ਸੋ ਪਾਵੇਂ ਦਾ ਜੋ ਵੀ ਇਸ ਦੀ ਦਾ ਪਿਛੋਕੜ ਹੈ ਗੱਲ ਅਲਟੀਮੇਟਲੀ ਇਹ ਹੈ ਕਿ ਈਵਨ ਅਨਾਚਾਰੀ ਜਾਂ ਦੁਰਾਚਾਰੀ ਜਾਂ ਪ੍ਰਿਸ਼ਟਦਾਤ ਜਿਹੜਾ ਅੰਨ ਹੈ ਉਹ ਤੁਹਾਡੀ ਸੁਰਤ ਨੂੰ ਵੀ ਪਿਸ਼ਟ ਦਿੰਦਾ ਹੈ ਤੇ ਜਿਹੜਾ ਲੁੱਟ ਕੇ ਖਾ ਗਿਆ ਜਿਸ ਨੇ ਸਾਰੀ ਸਤਾ ਜਿਹੜੀ ਐ ਉਹ ਪੰਥ ਦੀ ਬਰਬਾਦੀ ਕਰਕੇ ਉਸ ਦੇ ਉੱਤੇ ਕੁਰਸੀ ਡਾਈ ਹੈ ਤੁਸੀਂ ਕਹੋ ਜੀ ਇਹ ਪ੍ਰਿਸ਼ਟਤਾ ਹੈ ਪਰ ਐਂਟੀ ਸਿੱਖ ਨਹੀਂ ਹੈ ਔਰ ਫਿਰ ਐਂਟੀ ਸਿੱਖ ਕੌਣ ਹੁੰਦਾ ਜੀ ਐਂਟੀ ਸਿੱਖ ਹੁੰਦਾ ਹੀ ਉਹ ਹੈ ਜਿਹੜਾ ਪਹਿਲਾਂ ਪ੍ਰਿਸ਼ਟ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਤੁਸੀਂ ਮੈਂਟਲੀ ਪ੍ਰਿਸ਼ਟ ਹੋ ਜਾਂਦੇ ਹੋ ਫਿਰ ਤਾਂ ਤੁਹਾਨੂੰ ਕੋਈ ਰਹਿੰਦਾ ਹੀ ਨਹੀਂ ਕੋਈ ਤੁਹਾਡੇ ਵਿੱਚ ਦੇਖੋ ਜਦੋਂ ਅਸੀਂ ਪਹਿਲੀ ਵਾਰ ਕੋਈ ਕੰਮ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਮਾੜਾ ਅਸੀਂ ਆਪਣੇ ਆਪ ਨੂੰ ਵੀ ਯਾਦ ਕਰੀਏ ਹਰ ਇੱਕ ਦੀ ਕਹਾਣੀ ਜ਼ਿੰਦਗੀ ਦੀ ਕੋਈ ਅਸੀਂ ਆਪੁੱਲ ਗੁਰੂ ਕਰਤਾਰ ਗੁਰੂ ਤੇ ਕਰਤਾਰ ਆਪੁੱਲ ਅਸੀਂ ਸਾਰੇ ਗੁਨਾਹਗਾਰ ਹਾਂ ਅਸੀਂ ਸਾਰਿਆਂ ਨੇ ਜ਼ਿੰਦਗੀ 'ਚ ਆਪਣੇ ਆਪਣੇ ਹਿੱਸੇ ਦੇ ਗੁਨਾਹ ਕੀਤੇ ਹੋਏ ਨੇ ਜੀ ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਪਹਿਲੀ ਵਾਰ ਮਨ ਕਿਸੇ ਗੁਨਾਹ ਵੱਲ ਜਾਂਦਾ ਹੈ ਹੱਥ ਕਿਸੇ ਗੁਨਾਹ ਵੱਲ ਜਾਂਦੇ ਨੇ ਤੇ ਉਦੋਂ ਤੁਸੀਂ ਉਸ ਕੁਐਲਮ ਨੂੰ ਮਹਿਸੂਸ ਕਰਦੇ ਹੋ ਕਿ ਵੀ ਮੈਂ ਇਹ ਕਰਾਂ ਜਾਂ ਨਾ ਕਰਾਂ ਜੀ ਫਿਰ ਕਿਉਂਕਿ ਈਵਲ ਦਾ ਜ਼ੋਰ ਹੁੰਦਾ ਹੈ ਸ਼ੈਤਾਨ ਜ਼ੋਰ ਪਾਉਂਦਾ ਹੈ ਤੁਸੀਂ ਉਹ ਕੋਈ ਚੋਰੀ ਚਕਾਰੀ ਯਾ ਲਈ ਕੋਈ ਕੁਕਰਮ ਕਰ ਗੁਜ਼ਰਦੇ ਹੋ ਫਿਰ ਤੁਹਾਨੂੰ ਉਹਦਾ ਪਛਤਾਵਾ ਵੀ ਹੁੰਦਾ ਹੈ ਤੁਸੀਂ ਉਹ ਉਹਦਾ ਉਹਦੀ ਫੀਲਿੰਗ ਕਈ ਦਿਨ ਮਹਿਸੂਸ ਕਰਦੇ ਹੋ ਕਿ ਵੀ ਇਹ ਮੈਂ ਠੀਕ ਨਹੀਂ ਕੀਤਾ ਜੀ ਪਰ ਜਦੋਂ ਤੁਸੀਂ ਦੂਸਰੀ ਵਾਰ ਕਰਦੇ ਹੋ ਫਿਰ ਉਹ ਬਹੁਤ ਉਸ ਤੋਂ ਘਟ ਜਾਂਦੀ ਹੈ ਉਹ ਫਿਰ ਤੀਸਰੇ ਫਿਰ ਹੋਰ ਕ੍ਰਿਮੀਨਲ ਮਾਈਂਡਡ ਹੋਣਾ ਕੀ ਹੁੰਦਾ ਹੈ ਜੀ ਜੀ ਫਿਰ ਤਾਂ ਤੁਹਾਨੂੰ ਉਹ ਤੁਹਾਡੀ ਰੁਟੀਨ ਬਣ ਜਾਂਦੀ ਹੈ ਜਿਵੇਂ ਨਾ ਹੋਏ ਜਿਹੜੇ ਟਾਰਚਰ ਕਰਨ ਵਾਲੇ ਨੇ ਇੰਟਰੋਗੇਸ਼ਨ ਸੈਂਟਰਾਂ ਜਿਨ੍ਹਾਂ ਨੇ ਜਵਾਨੀ ਮਾਰੀ ਹੈ ਝੂਠੇ ਜਿਨ੍ਹਾਂ ਦੇ ਆਪਣੇ ਸਿਰਾਂ ਤੇ ਪੱਗਾਂ ਨੇ ਝੂਠੇ ਪੁਲਿਸ ਮੁਕਾਬਲੇ ਬਰੋਣ ਵਾਲੇ ਸਿੱਖਾਂ ਦੇ ਕਰਜਮੇ ਉਹ ਵੀ ਆਪਣੇ ਬੱਚੇ ਬੱਚੀਆਂ ਨੂੰ ਜਿਹੜਾ ਉਹਨਾਂ ਨੂੰ ਵੀ ਪਾਲਦੇ ਨੇ ਉਹਨਾਂ ਦਾ ਨਾਲ ਵੀ ਪਿਆਰ ਕਰਦੇ ਉਹਨਾਂ ਦਾ ਉਹ ਕਿਉਂ ਮਰ ਜਾਂਦੀ ਹੈ ਸੈਂਸਿਟੀਵਿਟੀ ਕਿ ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ ਕਿ ਉਹ ਕੀ ਕਰ ਰਹੇ ਨੇ ਜੀ ਸੋ ਇਹ ਅਲਟੀਮੇਟਲੀ ਜਦੋਂ ਇਸ ਲੈਵਲ ਤੇ ਪ੍ਰੈਸ਼ਰ ਔਰ ਖਾਸ ਤੌਰ ਤੇ ਜਿਹੜਾ ਸਤਾ ਦਾ ਨਸ਼ਾ ਹੁੰਦਾ ਹੈ ਔਰ ਇਹ ਅਕਸਰ ਕਿਹਾ ਜਾਂਦਾ ਵੀ ਬਾਕੀ ਨਸ਼ਿਆਂ ਦਾ ਤਾਂ ਕੋਈ ਟਾਈਮ ਫਰੇਮ ਹੈ ਸ਼ਰਾਬ ਰਾਤ ਦੀ ਪੀਤੀ ਸਵੇਰੇ ਉਤਰ ਜਾਂਦੀ ਹੈ ਕੋਈ ਨਸ਼ਾ ਥੋੜਾ ਲੰਬਾ ਹੁੰਦਾ ਹੈ ਕੋਈ ਕਿਸੇ ਦਾ ਟਾਈਮ ਵੱਧ ਹੈ ਕਿਸੇ ਦਾ ਘੱਟ ਹੈ ਪਰ ਇਹ ਕੁਰਸੀ ਔਰ ਤਾਕਤ ਦਾ ਨਸ਼ਾ ਇਹ ਜੇ ਤਾਂ ਭਰਾਵਾਂ ਨੂੰ ਤੁਸੀਂ ਮਾਰਦੇ ਹੋ ਬਾਪ ਨੂੰ ਮਾਰਦੇ ਹੋ ਕੀ ਹੈ ਮੁਗਲਾਂ ਦੇ ਰਾਜ ਦੀ ਕਹਾਣੀ ਉਹਨਾਂ ਦੀ ਛੱਡੋ ਸਿੱਖ ਰਾਜ ਦੀ ਕਹਾਣੀ ਕੀ ਹੈ ਮਰਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਕਿਵੇਂ 80 ਸਾਲਾਂ ਦੇ ਵਿੱਚ ਵੀ ਸਾਰਾ ਹੀ ਟੱਬਰ ਭਰਾਵਾਂ ਨੇ ਭਰਾ ਮਾਰੇ ਨੇ ਰਣਜੀਤ ਸਿੰਘ ਦੇ ਸਾਰੇ ਪੁੱਤਰ ਸਾਰਾ ਖਾਨਦਾਨ ਅੱਜ ਕੌਣ ਹੈ ਵਾਰਿਸ ਰਣਜੀਤ ਸਿੰਘ ਦੇ ਖਾਨਦਾਨ ਜੀ ਸੋ ਉੱਥੇ ਤਾਂ ਉਹ ਸੀ ਇੱਥੇ ਤਾਂ ਇਹ ਉਸ ਕੁਹਾੜੀ ਦਾ ਦਸਤਾ ਬਣਿਆ ਹੋਇਆ ਜਿਹਨਾਂ ਦੇ ਨੀਤੀਆਂ ਕੋ ਹੋਰ ਬਣਾਉਂਦੇ ਸਤਾ ਦੀ ਭੁੱਖ ਇਹਨਾਂ ਦੀ ਹੈ ਨੀਤੀਆਂ ਇਹਨਾਂ ਦੀਆਂ ਨੇ ਔਰ ਬਾਦਲ ਨੇ ਜਿਸ ਸਿਸਟਮੈਟਿਕ ਤਰੀਕੇ ਨਾਲ ਸਿੱਖ ਸਿਧਾਂਤਾਂ ਦਾ ਹਿੰਦੂਕਰਨ ਕੀਤਾ ਜਵੇਂ ਅੱਜ ਨਰਿੰਦਰ ਮੋਦੀ ਨੂੰ ਜਦੋਂ ਕਿ ਅਜੇ ਜਿਹੜੇ ਉੱਥੇ ਕੋਈ ਵਿਚਾਰਵਾਨ ਹਿੰਦੂ ਨੇ ਇਮਾਨਦਾਰ ਲੀਡਰ ਹੁਣ ਲਾਲੂ ਯਾਦਵ ਜੇਲ੍ਹ ਚੋਂ ਬਾਹਰ ਆਇਆ ਜੇਲ੍ਹ ਚੋਂ ਬਾਹਰ ਆਉਂਦਾ ਕਹਿੰਦਾ ਕਹਿੰਦਾ ਵੀ ਮੈਂ ਇਸ ਦੇ ਉੱਤੇ ਜਿਹੜਾ ਉਹਨੇ ਦਿੱਲੀ ਦੇ ਲਈ ਇੱਕ ਵਰਤੇ ਹਸਨਾਪੁਰ ਇੱਕ ਉਹ ਕੋ ਪੁਰਾਣਾ ਨਾ ਸੀ ਮੈਂ ਹਸਨਾਪੁਰ ਦੇ ਉੱਤੇ ਹਿੰਦੂ ਤਵੀਆਂ ਦਾ ਕਬਜ਼ਾ ਨਹੀਂ ਹੋਣ ਦਿਆ ਉਹਨੇ ਕਿਹਾ ਵੀ ਇਹ ਮੈਂ ਵੀ ਨਰਿੰਦਰ ਮੋਦੀ ਔਰ ਸਮਦਰ ਮੋਦੀ ਇਹ ਰਿਡਿਕੂਲ ਕਰ ਰਿਹਾ ਨਾ ਉਹ ਆਪ ਵੀ ਕ੍ਰਿਮੀਨਲ ਹੈ ਜੇਲ੍ਹ ਚੋਂ ਆਇਆ ਜ਼ਮਾਨਤ ਤੇ ਆਇਆ ਲੇਕਨ ਨਤੀਸ਼ ਕੁਮਾਰ ਹੈ ਉਹਨੇ ਭਾਜਪੀ ਨਾਲ ਸਾਂਝ ਤੋੜ ਲਈ ਸੋ ਮਤਲਬ ਹੁਣ ਇਸ ਦੀ ਐਸੀ ਕੀ ਮਜਬੂਰੀ ਹੈ ਕਿ ਇਹ ਟੱਬਰ ਜਿਹੜਾ ਉਹ ਨਰਿੰਦਰ ਮੋਦੀ ਨੂੰ ਲਿਆ ਕੇ ਜਿਹੜਾ ਉਹ ਹਿੰਦੁਸਤਾਨ ਦੇ ਤਖਤ ਤੇ ਹੀ ਨਹੀਂ ਸਿੱਖਾਂ ਦੇ ਸਿਰ ਤੇ ਵੀ ਬਿਠਾਣਾ ਚਾਹੁੰਦਾ ਜੀ ਸੋ ਮੈਂ ਸਮਝਦਾ ਹਾਂ ਵੀ ਇਹਦਾ ਸਾਰਾ ਕਰੀਅਰ ਪ੍ਰਕਾਸ਼ ਸਿੰਘ ਬਾਦਲ ਦਾ ਸਤਾ ਦੀ ਭੁੱਖ ਸੀ ਹਮੇਸ਼ਾ ਇਹ ਪਹਿਲਾਂ ਭਾਰਤੀ ਜਨ ਸੰਘ ਦਾ ਰਿਹਾ ਸਾਥੀ ਔਰ ਇਸ ਬਾਰੇ ਮੈਂ ਸਮਝਦਾ ਹਾਂ ਵੀ ਸੰਨ ਪਿੰਡਾਂ ਵਾਲੇ ਜਿਹੜੇ ਕਿ ਸਾਡੇ ਵੀਹਵੀਂ ਸਦੀ ਦੇ ਮਹਾਨ ਸਿੱਖ ਨੇ ਉਹਨਾਂ ਤੋਂ ਵੱਧ ਕੇ ਹੋਰ ਕੀ ਟੈਸਟੀਮਨੀ ਹੋ ਸਕਦੀ ਹੈ ਬਾਕੀ ਦੀਆਂ ਕਰਤੂਤਾ ਨੇ ਸਾਬਤ ਕਰ ਦਿੱਤੇ ਕਿ ਕਿੰਨਾ ਵੱਡਾ ਇਹ ਪੰਥ ਦੁੱਖੀ ਹੈ ਉਹਨਾਂ ਦਾ ਕਹਿਣਾ ਸੀ ਕਿ ਇਹਦੀ ਪਤਲੂਨ ਲੋਆ ਕੇ ਦੇਖੋ ਥੱਲੇ ਖਾਕੀ ਨਿੱਕਰ ਪਾਈ ਹੋਈ ਉਹ ਪੁੱਛਦੇ ਸੀ ਕਹਿੰਦੇ ਨੂੰ ਕਿਸੇ ਨੇ ਕਦੇ ਦੇਖਿਆ ਵੀ ਹਰਿਮੰਦਰ ਸਾਹਿਬ ਦੇ ਸਰੋਵਰ ਚ ਇਹਨੇ ਇਸ਼ਨਾਨ ਕੀਤਾ ਹੋਇਆ ਇਹਨੇ ਕਹਿੰਦੇ ਇਹ ਆਰਐਸਐਸ ਦਾ ਏਜੰਟ ਹੈ ਇਹਦੀ ਖਾਕੀ ਨਿੱਕਰ ਪਾਈ ਹੋਈ ਹੈ ਜੀ ਸੋ ਮੈਂ ਸਮਝਦਾ ਐ ਵੀ ਇਹ ਗੱਲ ਬਿਲਕੁਲ ਜ਼ਾਰ ਹੈ ਕਿ ਜਿਹੜਾ ਸਿੱਖ ਸਿੱਖੀ ਇਮਾਨਦਾਰੀ ਇਹ ਡੈਫਿਨ ਸ਼ਖਸਾ ਮਤਲਬ ਹੀ ਇਮਾਨਦਾਰ ਹੋਣਾ ਜਦੋਂ ਤੁਸੀਂ ਇੱਕ ਵਾਰੀ ਪ੍ਰਿਸ਼ਟ ਹੁੰਦੇ ਹੋ ਮੈਂਟਲੀ ਫਿਰ ਤੁਸੀਂ ਸਤਾ ਦੇ ਲੋਭ ਚੋਂ ਫਿਰ ਤੁਹਾਡੇ ਅੰਦਰ ਤੀਜੀ ਭੁੱਖ ਜਾਗਦੀ ਹੈ ਕਿ ਮੈਂ ਆਪਣੇ ਟੱਬਰ ਨੂੰ ਇਸ ਦੇ ਉੱਤੇ ਬਿਠਾਣਾ ਹੈ ਜੀ ਕਿਸ ਤਰੀਕੇ ਨਾਲ ਸੁਖਬੀਰ ਬਾਦਰ ਨੂੰ ਕਿਵੇਂ ਫਿਰ ਉਹਦੇ ਥੱਲੇ ਆਪਣੇ ਹੀ ਭਤੀਜੇ ਨੂੰ ਜਿਹੜਾ ਡੀਰੇਲ ਕੀਤਾ ਜਿਹਨੂੰ ਲੈ ਕੇ ਆਇਆ ਸੋ ਇਹ ਸਾਰਾ ਹੀ ਇਸ ਵੇਲੇ ਜੇ ਪੰਜਾਬ ਦੇ ਵਿੱਚ ਕੋਈ ਕਰਪਸ਼ਨ ਦਾ ਕੋਈ ਐਂਟੀ ਪੰਥ ਨੀਤੀਆਂ ਦਾ ਐਪਿਟੋਮ ਹੈ ਕੋਈ ਮਜਸਮਾ ਹੈ ਤੇ ਉਹ ਬਾਦਲ ਕੋੜ ਮੈਂ ਔਰ ਇਹਨਾਂ ਤੋਂ ਜਦੋਂ ਤੱਕ ਹੁਣ ਪੰਥ ਦਾ ਛਟਕਾਰਾ ਨਹੀਂ ਹੁੰਦਾ ਸਰ ਕਪੂਰ ਸਿੰਘ ਉਦੋਂ ਗਣੌਂਦਾ ਹੁੰਦੇ ਸੀ ਜੀ ਤਿੰਨ ਟੈਂਕੇ ਤਿੰਨ ਤੱਤੇ ਟੌੜਾ ਤਲਵੰਡੀ ਬਰਨਾਲਾ ਬਲਵੰਤ ਸਿੰਘ ਇਹਨਾਂ ਤੋਂ ਖਿਹੜਾ ਛਡਾਓ ਪੰਥ ਦਾ ਹੁਣ ਇੱਕ ਬੱਬਾ ਹੀ ਰਹਿ ਗਏ ਬਾਕੀ ਤਾਂ ਸਾਰੇ ਜਿਹੜੇ ਨੇ ਉਹ ਰਾੜੇ ਤੇ ਨੰਗੇ ਬਣਾਉਂਦੇ ਉਹਨਾਂ ਨੇ ਉਹਨਾਂ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਹੁਣ ਕੋਈ ਇਹ ਬੱਬਾ ਹੀ ਜੀ ਬੱਬਾ ਵੱਡਾ ਹੈ ਬੱਬਾ ਛੋਟਾ ਹੈ ਬੱਬਾ ਟੀਡਾ ਹੈ ਬੱਬਾ ਬੱਬੇ ਦੀ ਬੱਬੀ ਹੈ ਇਹਨਾਂ ਤੋਂ ਖੜਾ ਛੱਟੇ ਪੰਥ ਦਾ ਫੇਰ ਹੀ ਸਿੱਖੀ ਦਾ ਏਜੰਡਾ ਜੇ ਸਿੱਖੀ ਜਿਹੜੀ ਹੈ ਉਹ ਉੱਥੇ ਪ੍ਰਫੁੱਲਤ ਹੋ ਸਕੇਗੀ ਆਦਰਵਾਇਜ਼ ਇਹਨੇ ਹਿੰਦੂਤਵਾਦ ਦੇ ਸਮੁੰਦਰ ਚ ਡੋਬਣਾ ਹੀ ਹੈ ਔਰ ਡੋਬਿਆ ਹੋਇਆ ਕਾਫੀ ਹੱਦ ਤੱਕ ਹੋਂਦਾਵੇਂ ਗੋਤੇ ਖਾਣ ਵਾਲੀ ਗੱਲ ਹੋ ਰਹੀ ਜੀ ਜੀ ਤੋਂ ਇਹਨਾਂ ਦਾ ਡਾਕਟਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਲਿਖਿਆ ਚਮਕੌਰ ਸਾਹਿਬ ਤੋਂ ਜੀ ਡਾਕਟਰ ਸਾਹਿਬ ਹੁਣ ਵਿਲਾਗੇ ਬ੍ਰੇਕ ਤੇ ਜਾਂਦਾ ਵੀਰਸ ਜੀ ਸਾਡਾ ਇਸ ਤਰ੍ਹਾਂ ਜੁੜੇ ਰ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ